ਪੰਜਾਬ ਦੇ ਸਕੂਲੀ ਬੱਚੇ ਨੇ ਜਿੱਥੇ ਇੱਕ ਪਾਸੇ ਪ੍ਰੀਖਿਆਵਾਂ ਸਿਰ ਤੇ ਨੇ, ਉੱਥੇ ਇਸ ਦੌਰਾਨ ਇੱਕ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਗਾਇਕਾ ਅਫਸਾਨਾ ਖਾਨ ਨਾਲ ਉਸਦੇ ਗਾਣਿਆਂ 'ਤੇ ਝੂਮਣ ਅਤੇ ਉਸ ਨਾਲ ਸੁਰ ਮਿਲਾਉਣ ਦੀ ਵਾਇਰਲ ਹੋਈ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਹੋਣ ਮਗਰੋਂ ਸਿੱਖਿਆ ਵਿਭਾਗ ਨੇ ਸੰਬੰਧਿਤ ਸਕੂਲ ਦੇ ਪ੍ਰਿੰਸੀਪਲ ਖਿਲਾਫ਼ ਕਾਰਵਾਈ ਦੀ ਗੱਲ ਆ ਗਈ ਹੈ। ਪਿੰਡ ਬਾਦਲ ਦੀ ਵਸਨੀਕ ਦੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪੁਰਾਣੀ ਵਿਦਿਆਰਥਣ ਅਫਸਾਨਾ ਖਾਨ ਬੀਤੇ ਦਿਨ ਸਕੂਲ ਦੇ ਵਿਦਿਆਰਥੀਆਂ ਦੇ ਰੂਬਰੂ ਹੋਈ ਅਤੇ ਉਸਨੇ ਜੱਟਾ ਸ਼ਰਿਆਮਦੂਤ ਦਾ ਧੱਕਾ ਕਰਦਾ ਅਤੇ ਦੇਸੀ ਜੱਟ ਦੀ ਗੱਲ ਬਣ ਗਈ ਦਿੱਲੀ ਵਾਲੀ ਨਾਲ ਚਾਹੇ ਆਪਣੇ ਗਾਣੇ ਸੁਣਾਏ। ਇਸ ਸੰਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਇਸ ਵਿੱਚ ਸਕੂਲੀ ਵਿਦਿਆਰਥੀ ਉਤਸ਼ਾਹ ਨਾਲ ਅਫਸਾਨਾ ਖਾਨ ਨਾਲ ਸੁਰ ਮਿਲਾਉਂਦੇ ਹੋਏ ਦਿਖਾਈ ਦੇ ਰਹੇ ਨੇ। ਕੱਪੜੇ ਵਾਲੀ ਜੀਪ ਦੇ ਟੱਕਰੇ ਆਉਂਦੀ ਕਾਲੀ ਨਾ, ਹੋ ਤਿਰਛੇ ਤਿਰਛੇ ਤੂੰ ਮੂੰਛੋਂ ਕੇ ਬਾਲ ਕਿਉਂ ਰੱਖਦੇ ਹੋ, ਚਲੋ ਇਹ ਬਤਾਓ ਚਲੋ ਇਹ ਬਤਾਓ, ਹਰ ਵਕਤ ਆਖ ਤੁਮ ਲਾਲ ਕਿਉਂ ਰੱਖਦੇ ਹੋ, ਹੋ ਕੁਛ ਨੀ ਹੋ ਮੈਡਮ ਘੁਸ ਗਈ ਅੱਖ ਮੈਂ ਮਾਖੀ ਟੀਜ਼ਰ ਹੀ ਦੇਖਿਆ ਟੀਜ਼ਰ ਹੀ ਦੇਖਿਆ ਤੂੰ ਹਟ ਜਾ ਪਾਛੇ ਮੈਂ ਅਸੀਂ ਅੰਡਰਗਰਾਊਂਡ ਬੰਦੇ ਉੱਪਰ ਤੱਕ ਮਾਰਾ ਨੇ ਅਸੀਂ ਅੱਜ ਦੇ ਰਾਜੇ ਹਾਂ ਸਾਡਾ ਪਤਾ ਨਹੀਂ ਕੱਲ ਦਾ ਅਫਸਾਨਾ ਖਾਨ ਆਪਣੇ ਸਾਬਕਾ ਅਧਿਆਪਕਾਂ ਨਾਲ ਮੁਲਾਕਾਤ ਕਰਨ ਆਈ ਸੀ ਤੇ ਉਸਨੇ ਕਰੀਬ 10 ਮਿੰਟ ਤੱਕ ਵਿਦਿਆਰਥੀਆਂ ਨੂੰ ਗਾਣੇ ਦਾ ਪਾਠ ਪੜਾਇਆ ਸੀ। ਸੋਸ਼ਲ ਮੀਡੀਆ ਦੇ ਮਾਮਲਾ ਭਖਣ ਮਗਰੋਂ ਵਿਵਾਦ ਭਖ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 3 ਮਾਰਚ ਤੋਂ 8ਵੀਂ ਤੇ 12ਵੀਂ ਅਤੇ 15 ਮਾਰਚ ਤੋਂ 10ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋਈਆਂ ਨੇ। ਇਸ ਦੌਰਾਨ ਸਰਕਾਰੀ ਸਕੂਲ ਵਿੱਚ ਪੰਜਾਬੀ ਗਾਇਕਾਂ ਦੇ ਰੂਬਰੂ ਪ੍ਰੋਗਰਾਮ ਨੇ ਸਿੱਖਿਆ ਵਿਭਾਗ ਦੀ ਕਾਰਜ ਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ। ਸੋਸ਼ਲ ਮੀਡੀਆ 'ਤੇ ਸਕੂਲ ਦੇ ਆਮਲੇ ਦੀ ਖਿਚਾਈ ਹੋ ਰਹੀ ਹੈ ਅਤੇ ਟਿੱਪਣੀਕਾਰਾਂ ਨੇ ਸਕੂਲ ਵਿੱਚ ਗੀਤਾਂ ਦੇ ਪ੍ਰਵਚਨ ਕਰਵਾਉਣ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੀ ਵੀ ਅਪੀਲ ਕੀਤੀ ਹੈ। ਇਸ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਲਕੀਤ ਸਿੰਘ ਖੋਸਾ ਨੇ ਕਿਹਾ ਕਿ ਇਹ ਗਲਤ ਗੱਲ ਹੈ। ਸਕੂਲ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਅਤੇ ਨਿਯਮਾਂ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।